ਸਤ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ 9ਵੀਂ ਜਮਾਤ ਵਾਲਿਆਂ ਦਾ ਹੁਣ ਜਿਹੜਾ ਅਗਲਾ ਪੇਪਰ ਹੋਣ ਜਾ ਰਿਹਾ ਹੈ ਉਹ ਆਪ ਸਭ ਨੂੰ ਪਤਾ ਹੈ ਉਹ ਹੈ ਸੋਸ਼ਲ ਸਾਇੰਸ ਦਾ ਜੀ ਆਂ ਦੋਸਤੋ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਖਾਸ ਕਰਕੇ 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਸੋਸ਼ਲ ਸਾਇੰਸ ਦਾ ਜਿਹੜਾ ਹੈ ਸੈਂਪਲ ਜਾਂ ਮਾਡਲ ਟੈਸਟ ਪੇਪਰ ਜੋਗੀ ਪੂਰੀ ਤਰ੍ਹਾਂ ਹੱਲ ਕੀਤਾ ਹੋਇਆ ਹੈ ਅਤੇ ਅੰਗਰੇਜ਼ੀ ਤੇ ਦੋਨੇ ਭਾਸ਼ਾਵਾਂ ਦੇ ਵਿੱਚ ਹੈ ਸੋ ਮੋਸਟਲੀ ਜੇ ਤੁਹਾਨੂੰ ਪੇਪਰ ਮਿਲਦੇ ਹਨ ਜ਼ਿਆਦਾਤਰ ਪੰਜਾਬੀ ਭਾਸ਼ਾ ਦੇ ਵਿੱਚ ਮਿਲਦੇ ਹਨ ਠੀਕ ਹੈ ਜੀ ਸੋ ਇੰਗਲਿਸ਼ ਜਮਾਤ ਦੇ ਜਿਹੜੇ ਜਾਂ ਇੰਗਲਿਸ਼ ਮੀਡੀਅਮ ਦੇ ਜਿਹੜੇ ਵਿਦਿਆਰਥੀ ਹੁੰਦੇ ਹਨ ਉਹਨਾਂ ਦੇ ਲਗਾਤਾਰ ਕਮੈਂਟ ਆਉਂਦੇ ਹਨ ਸਾਨੂੰ ਕਿ ਸਰ ਸਾਡੇ ਲਈ ਵੀ ਪੇਪਰ ਲੈ ਕੇ ਆਏ ਜਾਵੇ ਸੋ ਦੋਸਤੋ ਅੱਜ ਅਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਲੈ ਕੇ ਆਏ ਹਾਂ ਠੀਕ ਹੈ ਜੀ ਸੋ ਨਾਲ ਨਾਲ ਪੰਜਾਬੀ ਮੀਡੀਅਮ ਦੋਹਾਂ ਮੀਡੀਅਮ ਦੇ ਵਿੱਚ ਲੈ ਕੇ ਆਏ ਹਾਂ ਸੋ ਦੋਸਤੋ ਸ਼ੁਰੂ ਕਰਦੇ ਹਾਂ 9th ਕਲਾਸ ਪੀਐਸਬੀ ਸੋਸ਼ਲ ਸਾਇੰਸ ਸਮਾਜਿਕ ਵਿਗਿਆਨ ਫਾਈਨਲ ਸੈਂਪਲ ਮਾਡਲ ਟੈਸਟ ਪੇਪਰ ਮਾਰਚ 2023 ਫੁਲੀ ਸੋਲਡ ਸੋ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇਹ ਜਿਹੜਾ ਹੈ ਇਹ ਪਹਿਲਾ ਇੰਗਲਿਸ਼ మీడియం ਦੇ ਵਿਦਿਆਰਥੀਆਂ ਦੇ ਲਈ ਹੈ ਸੋ ਦੋਸਤੋ ਇਹਨੂੰ ਸਕਰੋਲ ਡਾਊਨ ਕਰਦੇ ਹਾਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਸੀਂ ਵੀਡੀਓ ਦਾ ਲਿੰਕ ਦੇ ਦਾਂਗੇ ਤੇ ਲਿੰਕ ਤੇ ਕਲਿੱਕ ਕਰਕੇ ਸਾਰੇ ਦਾ ਸਾਰਾ ਪੇਪਰ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਸੋ ਇੰਗਲਿਸ਼ మీడియం ਦੇ ਵਿਦਿਆਰਥੀ ਉਹ ਤੋਂ ਡਾਊਨਲੋਡ ਕਰਕੇ ਪੜ੍ਹ ਸਕਦੇ ਹਨ ਸੋ ਬੱਚਿਓ ਸਾਡੇ ਜ਼ਿਆਦਾਤਰ ਵਿਦਿਆਰਥੀ ਜਿਹੜੇ ਹਨ ਉਹ ਪੰਜਾਬੀ మీడియం ਦੇ ਨਾਲ ਜੁੜੇ ਹੋਏ ਹਨ ਸੋ ਅਸੀਂ ਤੁਹਾਨੂੰ ਪਤਾ ਹੀ ਹੈ ਅਸੀਂ ਉਹਨਾਂ ਦੇ ਲਈ ਹੀ ਵੀਡੀਓ ਜ਼ਿਆਦਾਤਰ ਬਣਾਉਂਦੇ ਹਾਂ ਸੋ ਜਿਹੜਾ ਪੇਪਰ ਹੁਣ ਅਸੀਂ ਇੱਥੇ ਪੜਾਂਗੇ ਉਹ ਪੜਾਂਗੇ ਪੰਜਾਬੀ ਮੀਡੀਅਮ ਦੇ ਵਿਦਿਆਰਥੀਆਂ ਦੇ ਲਈ ਤੇ ਜਿਹੜੇ ਵਿਦਿਆਰਥੀ ਇੰਗਲਿਸ਼ ਮੀਡੀਅਮ ਦੇ ਹਨ ਉਹ ਹੇਠਾ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦਿੱਤਾ ਹੈ ਲਿੰਕ ਤੇ ਕਲਿੱਕ ਕਰਕੇ ਪੇਪਰ ਨੂੰ ਡਾਊਨਲੋਡ ਕਰਕੇ ਪੜ ਸਕਦੇ ਹਨ ਸੋ ਸ਼ੁਰੂ ਕਰਦੇ ਹਾਂ ਮਾਰਚ ਪ੍ਰੀਖਿਆ 2023 ਸ਼੍ਰੇਣੀ 9ਵੀਂ ਮਾਡਲ ਪ੍ਰਸ਼ਨ ਪੱਤਰ ਸਮਾਜਿਕ ਵਿਗਿਆਨ ਸਮਾਂ 3 ਘੰਟੇ ਦਾ કુલ ਅੰਕ ਨੇ 80 ਭਾਗ ੳ ਹੇਠ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ ਸੋ ਪਹਿਲਾ ਪ੍ਰਸ਼ਨ ਹੈ ਜੀਵ ਰਾਖਵਾ ਖੇਤਰ ਕਾਜੀ ਰੰਗਾ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ ਉੱਤਰ ਈੜੀ ਅਸਾਮ ਸੋ ਬੱਚਿਓ ਇਹ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਹਨ ਚਾਰਾਂ ਦੇ ਵਿੱਚੋਂ ਇੱਕ ਆਪਸ਼ਨ ਅਸੀਂ ਪੜਾਂਗੇ ਉਹ ਜਿਹੜਾ ਉੱਤਰ ਹੋਏਗਾ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਠੀਕ ਹੈ ਜੀ ਸੋ ਉਸ ਤੋਂ ਬਾਅਦ ਹੈ ਨੰਬਰ 2 ਖੇਤਰਫਲ ਦੀ ਦ੍ਰਿਸ਼ਟੀ ਪੱਖੋਂ ਭਾਰਤ ਤੋਂ ਬਾਅਦ ਕਿਹੜਾ ਸਭ ਤੋਂ ਵੱਡਾ ਦੇ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਸੋ ਉਸ ਤੋਂ ਬਾਅਦ ਹੈ ਭਾਰਤ ਤੋਂ ਬਾਅਦ 7ਵੇਂ ਨੰਬਰ ਤੇ ਆਉਂਦਾ ਹੈ ਉਸ ਤੋਂ ਬਾਅਦ ਜਿਹੜਾ ਆਉਂਦਾ ਹੈ ਉਹ ਹੈ ਅਰਜਨਟੀਨਾ ਅੱਗੇ ਹੈ ਨੰਬਰ 3 ਪੰਜਾਬ ਦੇ ਕਿਹੜੇ ਜ਼ਿਲ੍ਹੇ ਨੂੰ ਚਿੱਟੇ ਸੋਨੇ ਦੀ ਭੂਮੀ ਕਿਹਾ ਜਾਂਦਾ ਹੈ ਇਹਦਾ ਉੱਤਰ ਹੈ ਈੜੀ ਮਾਨਸਾ ਅੱਗੇ ਹੈ ਨੰਬਰ 4 ਭਾਰਤ ਦਾ ਕਿਹੜਾ ਲੰਬਾ ਲੰਬਕਾਰੀ ਜਾਂ ਦੇਸ਼ਾਂਤਰੀ ਵਿਸਾਰ ਸਹੀ ਹੈ ਸੋ ਐਟੀਟਿਊਡ ਨੂੰ ਇੰਗਲਿਸ਼ ਚ ਐਲਟੀਟਿਊਡ ਕਹਿੰਦੇ ਹਨ ਦੱਸਣਾ ਹੈ ਸੋ ਇਹਦਾ ਉੱਤਰ ਹੈ ਊੜਾ 80/4 ਮਿੰਟ ਤੋਂ 370 ਡਿਗਰੀ 60 ਉੱਤਰ ਤੱਕ ਇਹ ਕੋਣ ਜਿਹੜਾ ਬੰਦਾ ਹੈ ਅੱਗੇ ਹੈ ਨੰਬਰ 5 ਆਰਥਿਕ ਕਿਰਿਆ ਜਿਹੜੀ ਵਸਤੂਆਂ ਤੇ ਸੇਵਾਵਾਂ ਦੇ ਮੂਲ ਅਤੇ ਉਪਯੋਗਤਾ ਵੇ ਉਪਯੋਗਤਾ ਵੇਰਵੇ ਦੇ ਨਾਲ ਜੁੜੀ ਹੋਈ ਹੈ ਡੈਸ਼ ਅਕਮਾਉਂਦੀ ਹੈ ਇਹਦਾ ਉੱਤਰ ਹੈ ਐ ਨੰਬਰ 1 ਉਤਪਾਦਕ ਅੱਗੇ ਨੰਬਰ 6 ਖੇਤ ਖੇਤੀਬਾੜੀ ਅਰਥ ਵਿਵਸਥਾ ਕਿਸ ਖੇਤਰ ਦੀ ਉਦਾਹਰਣ ਹੈ ਇਹਦਾ ਉੱਤਰ ਹੈ ਊੜਾ ਮੋਡਲਾ ਅੱਗੇ ਹੈ ਨੰਬਰ 7 ਆਈ ਲੈਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਿੱਥੇ ਗਏ ਇਹਦਾ ਉੱਤਰ ਹੈ ਐੜਾ ਕਰਤਾਰਪੁਰ ਨੰਬਰ 8 ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਇਹਦਾ ਉੱਤਰ ਹੈ ਈੜੀ ਪਠਾਨਕੋਟ ਅੱਗੇ ਹੈ ਨੰਬਰ 9 ਫ੍ਰਾਂਸੀਸੀ ਇਤਿਹਾਸ ਵਿੱਚ ਕਿਸ ਕਿਸ ਸਮੇਂ ਨੂੰ ਅਤਕ ਦੇ ਆਤੰਕ ਦੇ ਤੌਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਇਹਦਾ ਉੱਤਰ ਹੈ ਈੜੀ 1793 ਈਸਵੀ ਤੋਂ 1794 ਈਸਵੀ ਨੰਬਰ 10 ਗੁਰੂ ਅਮਰਦਾਸ ਜੀ ਜੋਤੀ ਜੋ ਸਮਾਏ ਇਹਦਾ ਉੱਤਰ ਹੈ ਸਸਾ 1574 ਈਸਵੀ ਦੇ ਵਿੱਚ ਅੱਗੇ ਹੈ ਨੰਬਰ 11 ਹੇਡ ਲਿਖੇ ਦੇਸ਼ਾਂ ਵਿੱਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ ਸੋ ਬੱਚੋ ਨਹੀਂ ਹੈ ਯਾਦ ਰੱਖਣਾ ਇਹਦਾ ਉੱਤਰ ਹੈ ਭਾਰਤ ਭਾਰਤ ਕੋ ਵੀਟੋ ਸ਼ਕਤੀ ਨਹੀਂ ਹੈ ਅੱਗੇ ਨੰਬਰ 12 ਭਾਰਤੀ ਸੰਵਿਧਾਨ ਲਾਗੂ ਹੋਇਆ ਕਦੋਂ ਲਾਗੂ ਹੋਇਆ ਬੜਾ ਹੀ ਆਸਾਨ ਹੈ ਉੱਤਰ ਈੜੀ 26 ਜਨਵਰੀ 1995 ਉਸ ਤੋਂ ਬਾਅਦ ਭਾਗ ਐੜਾ ਇਹ ਚ 12 ਪ੍ਰਸ਼ਨ ਆਉਣਗੇ ਹਰ ਇੱਕ ਦਾ ਇੱਕ ਨੰਬਰ ਹੋਏਗਾ ਹੇਡ ਲਿਖੇ ਵਸਤੂ ਨਿਸ਼ਚਿਤ ਪ੍ਰਸ਼ਨਾਂ ਦੇ ਉੱਤਰ ਦਿਓ ਨੰਬਰ 1 ਭਾਰਤ ਦੇ ਪੂਰਬ ਅਤੇ ਪੱਛਮ ਵਿੱਚ ਸਥਿਤ ਸਾਗਰਾਂ ਦੇ ਨਾਂ ਲਿਖੋ ਉੱਤਰ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਨੰਬਰ 2 ਕੈਪਸੂ ਦਾ ਪੂਰਾ ਨਾਂ ਕੀ ਹੈ ਉੱਤਰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਨੰਬਰ 3 ਮਾਲਾਬਾਰ ਅਤੇ ਤਟਵਰਤੀ ਮੈਦਾਨਾਂ ਵਿੱਚ ਝੀਲਾਂ ਨੂੰ ਸਤਾਨਕ ਭਾਸ਼ਾ ਵਿੱਚ ਕਿਆਲ ਕਿਹਾ ਜਾਂਦਾ ਹੈ ਸਹੀ ਜਾਂ ਗਲਤ ਇਹ ਸਹੀ ਹੈ ਨੰਬਰ 4 ਲੂ ਕੀ ਹੁੰਦੀ ਹੈ ਉੱਤਰ ਗਰਮ ਰੂ ਵਿੱਚ ਰੁੱਤ ਵਿੱਚ ਘੱਟ ਦਬਾਅ ਦਾ ਖੇਤਰ ਪੈਦਾ ਹੋਣ ਦੇ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਨੂੰ ਲੂ ਕਿਹਾ ਜਾਂਦਾ ਹੈ। ਨੰਬਰ 5 ਅਧਿਆਪਕ ਦੁਆਰਾ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਇੱਕ ਆਰਥਿਕ ਕਿਰਿਆ ਹੈ। ਸਹੀ ਜਾਂ ਗਲਤ? ਗਲਤ ਹੈ। ਨੰਬਰ 6 ਛਿਪੀ ਬੇਰੋਜ਼ਗਾਰੀ ਤੋਂ ਕੀ ਭਾਵ ਹੈ? ਉੱਤਰ ਜਿੱਥੇ ਘੱਟ ਵਿਅਕਤੀ ਕੰਮ ਲਈ ਚਾਹੀਦੇ ਹੋਣ ਪਰ ਜ਼ਿਆਦਾ ਵਿਅਕਤੀ ਕੰਮ ਤੇ ਹੋਣ। ਅੱਗੇ ਨੰਬਰ 7 ਆਰਿਆਂ ਦੇ ਗ੍ਰੰਥ ਰਿਗਵੇਦ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਸੱਦਿਆ ਗਿਆ ਹੈ ਉੱਤਰ ਸਪਤ ਸਿੰਧੂ ਜਾਂ ਸੱਤ ਦਰਿਆਵਾਂ ਦੀ ਧਰਤੀ ਨੰਬਰ 8 ਬਾਬਰ ਨੇ ਪੰਜਾਬ ਨੂੰ ਡੈਸ਼ ਈਸਵੀ ਈਸਵੀ ਵਿੱਚ ਜਿੱਤਿਆ ਉੱਤਰ 1526 ਨੂੰ ਨੰਬਰ 9 ਰੂਸੀ ਕ੍ਰਾਂਤੀ ਦੀ ਪਹਿਲੀ ਪ੍ਰਾਪਤੀ ਕਿਹੜੀ ਸੀ ਉੱਤਰ ਨਿਰੰਕੁਸ਼ ਸ਼ਾਸਨ ਦਾ ਖਾਤਮਾ ਅਤੇ ਚਰਚ ਦੀ ਸ਼ਕਤੀ ਦਾ ਵਿਨਾਸ਼ ਨੰਬਰ 10 ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਯਾਨੀ ਕਿ ਐਨ ਐਸ ਐਸਓ ਸਰਵੇਖਣ ਕਰਕੇ ਜਨਸੰਖਿਆ ਵਿੱਚ ਹੋ ਰਹੇ ਵਾਧੇ ਦਾ ਅਨੁਮਾਨ ਲਗਾਉਂਦੇ ਹਨ ਉੱਤਰ ਗਲਤ ਹੈ ਅਗਿਆ ਨੰਬਰ 11 ਡੈਮੋਕ੍ਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਡੈਸ਼ ਅਤੇ ਡੈਸ਼ ਤੋਂ ਮਿਲ ਕੇ ਬਣਿਆ ਹੈ ਇਹਦਾ ਉੱਤਰ ਹੈ ਡਿਮੋਸ ਤੇ ਕਰਾਫੀਆ ਅਗਿਆ ਨੰਬਰ 12 ਕੋਈ ਦੋ ਮੌਲਿਕ ਅਧਿਕਾਰ ਦੱਸੋ ਜਿਹੜੇ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਹਨ ਉੱਤਰ ਸਵਤੰਤਰਤਾ ਦਾ ਅਧਿਕਾਰ ਕਾਨੂੰਨ ਦੇ ਸਾਹਮਣੇ ਸਨਮਾਨਤਾ ਦਾ ਅਧਿਕਾਰ ਧਾਰਮਿਕ ਸੁੰਦਰਤਾ ਦਾ ਅਧਿਕਾਰ ਅਗਿਆਪਾਗ ਈਡਿ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਸ਼ਬਦਾਂ ਤੱਕ ਦਿਓ ਨੰਬਰ 1 ਜਲਵਾਯੂ ਅਤੇ ਮੌਸਮ ਵਿੱਚ ਕੀ ਅੰਤਰ ਹੈ ਸਪਸ਼ਟ ਕਰੋ ਸੋ ਪਹਿਲਾ ਨੰਬਰ 1 ਜਲਵਾਯੂ ਪੜਦੇ ਹਾਂ ਕਿਸੇ ਵੀ ਭੂਗੋਲਿਕ ਖੇਤਰ ਵਿੱਚ ਘੱਟ ਤੋਂ ਘੱਟ 30 ਸਾਲ ਦੇ ਲਈ ਮੌਸਮ ਦੀ ਔਸਤ ਮਿੱਥ ਕੇ ਜੋ ਨਤੀਜਾ ਕੱਢਿਆ ਜਾਂਦਾ ਹੈ ਉਸ ਨੂੰ ਜਲਵਾਯੂ ਕਹਿੰਦੇ ਹਨ ਇਸ ਦਾ ਅਰਥ ਹੈ ਕਿ ਜਲਵਾਯੂ ਲੰਬੇ ਸਮੇਂ ਲਈ ਕਿਸੇ ਵੀ ਖੇਤਰ ਦੇ ਤਾਪਮਾਨ ਵਰਖਾ ਵాయుਦਾਬ ਪੌਣਾ ਆਦ ਦੀ ਔਸਤ ਹੁੰਦੀ ਹੈ ਨੰਬਰ 2 ਮੌਸਮ ਕਿਸੇ ਨਿਸ਼ਚਿਤ ਥਾਂ ਉਤੇ ਕਿਸੇ ਵਿਸ਼ੇਸ਼ ਦਿਨ ਨੂੰ ਵਾਤਾਵਰਣ ਦੇ ਤੱਤਾਂ ਵਿੱਚ ਤਾਪਮਾਨ ਦਬਾਅ ਅਤੇ ਹਵਾ ਵਰਖਾ ਆਦ ਨੂੰ ਇਕੱਠਾ ਮਿਲਾ ਕੇ ਮੌਸਮ ਦੀ ਸਥਿਤੀ ਵਿੱਚ ਬਦਲਿਆ ਜਾਂਦਾ ਹੈ ਮੌਸਮ ਇੱਕ દੈਨਿਕ ਚੱਕਰ ਹੈ ਅਤੇ ਹਰ ਹਰੇਕ ਦਿਨ ਅਤੇ ਹਰੇਕ ਘੰਟੇ ਵਿੱਚ ਵੀ ਬਦਲ ਸਕਦਾ ਹੈ ਅਗਿਆ ਨੰਬਰ 2 ਗੁਰਦਾਸਪੁਰ ਪਠਾਨਕੋੜ ਸ਼ਿਵਾਲਿਕ 23 ਨੋਟ ਲਿਖੋ ਉੱਤਰ ਗੁਰਦਾਸਪੁਰ ਪਠਾਨਕੋੜ ਸ਼ਿਵਾਲਿਕ ਦੀ ਪਹਾੜੀ ਸ਼੍ਰੇਣੀ ਦਾ ਵਿਸਤਾਰ ਗੁਰਦਾਸਪੁਰ ਅਤੇ ਪਠਾਨਕੋੜ ਜ਼ਿਲ੍ਹੇ ਦੇ ਵਿੱਚ ਹੈ ਪਠਾਨਕੋੜ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਪੁਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਦੇ ਵਿੱਚ ਸਥਿਤ ਹੈ ਇਹਨਾਂ ਪਹਾੜਾਂ ਦੀ ਔਸਤ ਉਚਾਈ 1000 ਮੀਟਰ ਦੇ ਲਗਭਗ ਹੈ ਇਸ ਖੇਤਰ ਦੀਆਂ ਪਹਾੜੀ ਢਲਾਨਾਂ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਕਿਨਾਰਿਆਂ ਤੋਂ ਕੱਟ ਗਈਆਂ ਹਨ ਜਿਨ੍ਹਾਂ ਨਾਲੇ ਕਾਫੀ ਤਖੀਆਂ ਹੋ ਗਏ ਹਨ ਇਸ ਖੇਤਰ ਵਿੱਚ ਵਹਿਣ ਵਾਲੀ ਮੌਸਮੀ ਨਦੀਆਂ ਨਦੀਆਂ ਚਕੀਖੰਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ ਸੋ ਅਗਿਆ ਨੰਬਰ 3ਾ ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿੱਚ ਕੀ ਅੰਤਰ ਹੈ ਉੱਤਰ ਪਹਿਲਾਂ ਪੜ੍ਹਦਾ ਹਾਂ ਆਰਥਿਕ ਕਿਰਿਆਵਾਂ ਨੰਬਰ 1 ਆਰਥਿਕ ਕਿਰਿਆਵਾਂ ਅਰਥਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਕਰਦੀਆਂ ਹਨ ਨੰਬਰ 2 ਜਦੋਂ ਆਰਥਿਕ ਕਿਰਿਆਵਾਂ ਵਿੱਚ ਵਾਧਾ ਹੁੰਦਾ ਹੈ ਤਾਂ ਇਹਦਾ ਅਰਥ ਹੈ ਕਿ ਅਰਥਵਿਵਸਥਾ ਤਰੱਕੀ ਵਿੱਚ ਹੈ ਨੰਬਰ 3 ਆਰਥਿਕ ਕਿਰਿਆਵਾਂ ਨਾਲ ਵਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ। ਹੁਣ ਪੜ੍ਹਦੇ ਹਾਂ ਅਨਾਰਥਿਕ ਕਿਰਿਆਵਾਂ ਨੰਬਰ 1 ਅਨਾਰਥਿਕ ਕਿਰਿਆਵਾਂ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਕੋਈ ਪ੍ਰਵਾਹ ਅਰਥ ਵਿਵਸਥਾ ਵਿੱਚ ਨਹੀਂ ਹੁੰਦਾ। ਨੰਬਰ 2 ਅਨਾਰਥਿਕ ਕਿਰਿਆਵਾਂ ਵਿੱਚ ਹੋਣ ਵਾਲਾ ਕੋਈ ਵੀ ਵਾਧਾ ਅਰਥਵਸਥਾ ਦੀ ਤਰੱਕੀ ਦਾ ਨਿਰਧਾਰਕ ਨਹੀਂ ਹੈ। ਨੰਬਰ 3 ਅਨਾਰਥਿਕ ਕਿਰਿਆਵਾਂ ਵਿੱਚ ਕੋਈ ਰਾਸ਼ਟਰੀ ਆਮਦਨ ਅਤੇ ਵਸਤਵਿਕ ਆਮਦਨ ਵਿੱਚ ਵਾਧਾ ਨਹੀਂ ਹੈ। ਅਗੇ ਨੰਬਰ 4 ਗਰੀਬੀ ਦੇ ਮੁੱਖ ਮਾਪਦੰਡਾਂ ਦਾ ਵਰਣਨ ਕਰੋ ਉੱਤਰ ਗਰੀਬੀ ਦੇ ਅਨੇਕ ਪਹਿਲੂ ਹਨ ਜਿਵੇਂ ਸਮਾਜਿਕ ਵਿਗਿਆਨਿਕ ਵਰਗ ਵਰਗੇ ਅਨੇਕ ਸੂਚਕਾਂ ਦੇ ਮਾਧਿਅਮ ਨੂੰ ਦੇਖਦੇ ਹਾਂ ਆਮ ਪ੍ਰਯੋਗ ਕੀਤੇ ਜਾਣ ਵਾਲੇ ਸੂਚਕ ਉਹ ਹਨ ਜੋ ਆਮਦਨ ਅਤੇ ਉਪਭੋਗ ਦੇ ਪ੍ਰਬੰਧ ਨਾਲ ਸੰਬੰਧਿਤ ਹਨ ਪਰ ਹੁਣ ਗਰੀਬੀ ਨੂੰ ਅਨਪੜਤਾ ਪੱਦਰ ਕੁਪੋਸ਼ਣ ਦੇ ਕਾਰਨ ਰੋਗ ਪ੍ਰਤੀਰੋਗੀ ਸਮਰੱਥਾ ਦੀ ਕਮੀ ਸਿਹਤ ਸੇਵਾਵਾਂ ਦੀ ਕਮੀ ਰੋਜ਼ਗਾਰ ਦੇ ਮੌਕਿਆਂ ਦੀ ਕਮੀ ਸੁਰੱਖਿਆ ਸੁਰੱਖਿਆਦ ਪੀਣ ਵਾਲਾ ਪਾਣੀ ਅਤੇ ਸਵੱਛਤਾ ਤੱਕ ਪਹੁੰਚ ਦੀ ਕਮੀ ਆਦ ਵਰਗੇ ਹੋਰ ਸਮਾਜਿਕ ਸੂਚਕਾਂ ਦੇ ਮਾਪਿਆਂ ਨੂੰ ਮਾਧਿਅਮ ਨੂੰ ਵੀ ਦੇਖਿਆ ਜਾਂਦਾ ਹੈ ਅੱਗੇ ਹੈ ਨੰਬਰ 5 ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ਇਹ ਕਿਵੇਂ ਸੰਭਵ ਹੋਈ ਹੈ ਉੱਤਰ ਭਾਰਤ ਵਿੱਚ ਯੋਜਨਾਵਾਂ ਦੀ अवधि ਵਿੱਚ અપનાਈ ਗਈ ਖੇਤੀਰੀ ਖੇਤੀ ਸੁਧਾਰਾਂ ਦੇ ਫਲ ਸਰੂਪ 1968 ਤੇ 68 67 ਤੇ 68 ਵਿੱਚ ਅਨਾਜ ਦੇ ਉਤਪਾਦਨ ਵਿੱਚ 1968 67 ਦੀ ਤੁਲਨਾ ਵਿੱਚ 25% ਪ੍ਰਤੀਸ਼ਤ ਵਾਅਦਾ ਹੋਇਆ ਕਿਸੇ ਇੱਕ ਸਾਲ ਵਿੱਚ ਅਨਾਦ ਦੇ ਉਤਪਾਦਨ ਵਿੱਚ ਇੰਨਾ ਜ਼ਿਆਦਾ ਵਾਅਦਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਇਸੇ ਲਈ ਇਸ ਨੂੰ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਹਰੀ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿੱਚ ਹੋਣ ਵਾਲੇ ਭਾਰੀ ਵਾਅਦੇ ਤੋਂ ਹੈ ਜੋ ਖੇਤੀ ਦੀ ਨਵੀਂ ਨੀਤੀ ਨੂੰ ਬਣਾਉਣ ਦੇ ਕਾਰਨ ਹੋਏ ਅਗਿਆ ਨੰਬਰ 6 ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ ਉੱਤਰ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਵ ਜੀ ਦੀ ਸ਼ਹੀਦੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਸਮੇਂ ਮਈ 1462 ਵਿੱਚ ਹੋਈ ਇਸ ਸ਼ਹੀਦੀ ਦੇ ਪਿੱਛੇ ਮੁੱਖ ਤੌਰ ਤੇ ਜਹਾਂਗੀਰ ਦੀ ਕਟੜ ਧਾਰਮਿਕ ਨੀਤੀ ਦਾ ਹੱਥ ਸੀ ਉਹ ਸਿੱਖ ਧਰਮ ਦੀ ਵਾਦੀ ਹੋਈ ਲੋਕਪ੍ਰਿਤਾ ਲੋਕਪ੍ਰੀਤਾ ਤੇ ਰੋਕ ਲਗਾਉਣਾ ਚਾਹੁੰਦਾ ਸੀ ਗੁਰੂ ਜੀ ਨੇ ਜਹਾਂਗੀਰ ਦੇ ਵਿਰੋਧੀ ਪੁੱਤਰ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਸੀ ਉਸ ਨੇ ਗੁਰੂ ਘਰ ਵਿੱਚ ਆਉਣ ਤੇ ਉਸ ਦਾ ਆਦਰ ਸਤਕਾਰ ਕੀਤਾ ਤੇ ਲੰਗਰ ਵੀ ਛਕਿਆ ਉਹਨਾਂ ਦਾ ਇਹ ਕਾਰਜ ਰਾਜਨੀਤਿਕ ਅਪਰਾਧ ਮੰਨਿਆ ਗਿਆ ਗੁਰੂਜੀ ਦੁਆਰਾ ਆਦਿ ਗ੍ਰੰਥ ਦੀ ਰਚਨਾ ਨੇ ਜਹਾਂਗੀਰ ਦਾ ਸੰਦੇਹ ਹੋਰ ਵੀ ਵਧਾ ਦਿੱਤਾ। ਗੁਰੂਜੀ ਦੇ ਦੁਸ਼ਮਨਾ ਨੇ ਜਹਾਂਗੀਰ ਨੂੰ ਦੱਸਿਆ ਕਿ ਆਦਿ ਗ੍ਰੰਥ ਸਾਹਿਬ ਵਿੱਚ ਇਸਲਾਮ ਧਰਮ ਦੇ ਵਿਰੁੱਧ ਕਾਫੀ ਕੁਝ ਲਿਖਿਆ ਗਿਆ ਹੈ। ਇਸ ਲਈ ਜਹਾਂਗੀਰ ਨੇ ਗੁਰੂ ਜੀ ਨੂੰ ਦਰਬਾਰ ਵਿੱਚ ਸੱਦਾ ਭੇਜਿਆ। ਗੁਰੂ ਉਸਨੇ ਗੁਰੂ ਜੀ ਨੂੰ ਹੁਕਮ ਦਿੱਤਾ ਕਿ ਉਹ ਇਸਲਾਮ ਧਰਮ ਦੇ ਮੋਢੀ ਹਜ਼ਰਤ ਮੁਹੰਮਦ ਸਾਹਿਬ ਦੇ ਵਿਸ਼ੇ ਵਿੱਚ ਵੀ ਕੁਝ ਲਿਖਣ। ਪਰ ਗੁਰੂ ਜੀ ਨੇ ਇਸ ਸੰਬੰਧੀ ਸੰਬੰਧ ਵਿੱਚ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਕਿਸੇ ਹੋਰ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਇਹ ਉੱਤਰ ਸੁਣ ਕੇ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਕਠੋਰ ਸਰੀਰੀ ਕਸ਼ਟ ਦੇ ਕੇ ਮਾਰ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ। ਅੱਗੇ ਨੰਬਰ 7 ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ? ਉੱਤਰ ਲੋਕ ਸਭਾ ਦੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਸ ਦਲ ਦਲ ਜਾਂ ਦਲਾਂ ਦੇ ਗਠਬੰਧਨ ਨੂੰ ਬਹੁਮਤ ਪ੍ਰਾਪਤ ਹੋ ਜਾਂਦਾ ਹੈ ਉਹ ਆਪਣਾ ਇੱਕ ਨੇਤਾ ਚੁਣਦਾ ਹੈ ਅਤੇ ਉਸ ਨੂੰ ਨੇਤਾ ਉਸ ਨੇਤਾ ਨੂੰ ਰਾਸ਼ਟਰੀ ਰਾਸ਼ਟਰਪਤੀ ਸਰਕਾਰ ਬਣਾਉਣ ਲਈ ਸੱਦਾ ਦਿੰਦਾ ਹੈ। ਉੱਚ ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਮੰਤਰੀ ਮੰਡਲ ਦੀ ਨਿਯੁਕਤੀ ਹੋ ਜਾਂਦੀ ਹੈ। ਅਗਿਆ ਨੰਬਰ ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ? ਉੱਤਰ ਭਾਰਤ ਇੱਕ ਗਣਤੰਤਰ ਦੇਸ਼ ਹੈ। ਗਣਤੰਤਰ ਦਾ ਅਰਥ ਹੁੰਦਾ ਹੈ ਦੇਸ਼ ਦਾ ਮੁਖੀ ਪ੍ਰਤੱਖ ਜਾਂ ਅਪਰਤੱਖ ਰੂਪ ਨਾਲ ਜਨਤਾ ਵੱਲੋਂ ਚੁਣਿਆ ਜਾਂਦਾ ਹੈ। ਮੁਖੀ ਮੁਖੀਆਂ ਦਾ ਚੋਣ ਇੱਕ ਨਿਸ਼ਚਿਤ ਸਮੇਂ ਲਈ ਹੁੰਦਾ ਹੈ ਅਤੇ ਇੱਥੇ ਵੰਸ਼ਵਾਦ ਦੀ ਕੋਈ ਥਾਂ ਨਹੀਂ ਹੁੰਦੀ ਹੈ। ਗਣਤੰਤਰ ਹੋਣਾ ਭਾਰਤੀ ਸੰਵਿਧਾਨ ਵਿੱਚ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਉੱਗੇ ਪਾਗ ਸਸਾ ਹੀ ਲਿਖੇ ਕੋਈ ਚਾਰ ਪ੍ਰਸ਼ਨਾਂ ਦੇ ਉੱਤਰ ਵੱਧ ਤੋਂ ਵੱਧ 100 ਸ਼ਬਦਾਂ ਦੇ ਵਿੱਚ ਦਿਵੋ ਸੋ ਬੱਚਿਓ ਹੁਣ ਮੈਂ ਸਿਰਫ ਪ੍ਰਸ਼ਨ ਪੜਾਂਗਾ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਚੁੱਕੀ ਹੈ ਵਿਦਿਆਰਥੀ ਪੂਰੀ ਵੀਡੀਓ ਨਹੀਂ ਦੇਖਦੇ ਹਨ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪੇਪਰ ਦਾ ਲਿੰਕ ਦਿੱਤਾ ਹੈ ਲਿੰਕ ਤੇ ਕਲਿੱਕ ਕਰਕੇ ਪੇਪਰ ਨੂੰ ਡਾਊਨਲੋਡ ਕਰਕੇ ਆਰਾਮ ਨਾਲ ਬੈਠ ਕੇ ਤੁਸੀਂ ਪੜ ਸਕਦੇ ਹੋ ਸੋ ਮੈਂ ਪ੍ਰਸ਼ਨ ਪੜ ਦਿੰਦਾ ਹਾਂ ਨੰਬਰ 1 ਚੋਣ ਕਮਿਸ਼ਨ ਦੇ ਕੰਮਾਂ ਦਾ ਸੰਖੇਪ ਵਿੱਚ ਵਰਣਨ ਕਰੋ ਨੰਬਰ 2 ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ ਕਿਵੇਂ ਅਗਿਆ ਨੰਬਰ 3 ਭਾਰਤ ਵਿੱਚ ਮਾਨਸੂਨੀ ਵਰਖਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਨੰਬਰ 4 ਆਰਥਿਕ ਕਿਰਿਆਵਾਂ ਕੀ ਹਨ ਉਹਨਾਂ ਦੇ ਮੁੱਖ ਪ੍ਰਕਾਰ ਕਿਹੜੇ ਹਨ ਨੰਬਰ 5 ਪੰਜਾਬ ਦੇ ਭੂਗੋਲਿਕ ਇਤਿਹਾਸ ਦੀ ਜਾਣਕਾਰੀ ਦਿਓ ਨੰਬਰ 6 ਉਹਨਾਂ ਹਾਲਾਤਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਫਰਾਂਸੀਸੀ ਕ੍ਰਾਂਤੀ ਹੋਈ ਅਗਿਆ ਨੰਬਰ 7 ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਇਸ ਕਥਨ ਦੀ ਵਿਆਖਿਆ ਕਰੋ ਅੱਗੇ ਆਂਦਾ ਹੈ ਭਾਗ ਹਾ ਹਾ ਸੋ ਇਹਦੇ ਵਿੱਚ ਉੱਪਰ ਪੈਰਾ ਦਿੱਤਾ ਹੋਇਆ ਹੋਏਗਾ ਪੈਰੇ ਦੇ ਵਿੱਚੋਂ ਹੀ ਪ੍ਰਸ਼ਨ ਪੁੱਛਨੇ ਹਨ ਸੋ ਤੁਸੀਂ ਦੇਖ ਲੈਣਾ ਇੱਕ ਵਾਰੀ ਚੰਗੀ ਤਰ੍ਹਾਂ ਇਹਨਾਂ ਨੂੰ ਫਿਰ ਦੱਸ ਦਿੰਦਾ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨੂੰ ਆਰਾਮ ਨਾਲ ਬੈਠ ਕੇ ਪੜ੍ਹ ਸਕਦੇ ਹੋ ਅੱਗੇ ਆਂਦਾ ਹੈ ਭਾਗ ਕਕਾ ਪ੍ਰਸ਼ਨ ਨੰਬਰ 6 ਨਕਸ਼ੇ ਨਿਸ਼ਾਨ ਸੰਬੰਧਿਤ ਪ੍ਰਸ਼ਨ ਭੂਗੋਲ ਭਾਰਤ ਦੇ ਨਕਸ਼ੇ ਵਿੱਚ ਕੋਈ ਚਾਰ ਸਥਾਨ ਭਰੋ ਉੱਤਰ ਭਾਰਤ ਦਾ ਮਾਨਕ ਲੰਬਕਾਰ ਐੜਾ ਕੋਰੂ ਮੰਡਲ ਤੱਟ ਈਡੀ ਜੈਸਲਮੇਰ ਜੈਸਲਮੇਰ ਨੰਬਰ ਸਸਾ ਗਾਰਡਵਿਨ ਆਸਟਿਨ ਨੰਬਰ ਹਾ ਹਰਾਵਲੀ ਪਰਬਤ ਨੰਬਰ ਕਕਾ ਵਖ ਸਾਕਰਤਾ ਵਾਲਾ ਰਾਜ ਇਹ ਭਰਨੇ ਹਨ ਇਤਿਹਾਸ ਦੇ ਵਿੱਚੋਂ ਜਿਹੜੇ ਨਕਸ਼ੇ ਹਨ ਪੰਜਾਬ 1947 ਤੋਂ ਪਹਿਲਾਂ ਦੇ ਨਕਸ਼ੇ ਵਿੱਚ ਕੋਈ ਸਥਾਨ ਭਰੋ ਊੜਾ ਸਿੰਧ ਐੜਾ ਸਤਲੁਜ ਈਡੀ ਸੁਲੇਮਾਨ ਦੀਆਂ ਪਹਾੜੀਆਂ ਸਸਾ ਦਰਰਾ ਖੈਬਰ ਹਾ ਹ ਬਿਆਸ ਕਕਾ ਦਰਰਾ ਬਲ ਬਲੋਚ ਸੋ ਬੱਚਿਓ ਇਹਨਾਂ ਦੇ ਵਿੱਚੋਂ ਜਿਹੜੇ ਚਾਰ-ਚਾਰ ਆਉਂਦੇ ਹਨ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਹਨ ਤੁਸੀਂ ਉਹ ਕਰ ਲੈਣਾ ਹੈ ਠੀਕ ਹੈ ਜੀ ਸੋ ਏਸੀ ਨੌਵੀਂ ਜਮਾਤ ਵਾਲਿਆਂ ਦਾ ਇੰਗਲਿਸ਼ ਤੇ ਪੰਜਾਬੀ ਦੋਨੇ మీడియం ਦੇ ਵਿੱਚ ਜਿਹੜਾ ਹੈ ਸਿੰਪਲ ਪੇਪਰ ਜੋਗੀ ਪੂਰੀ ਤਰ੍ਹਾਂ ਹਲਕੀਤਾ ਤੁਹਾਡੀ ਸਹੂਲਤ ਦੇ ਲਈ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵਾਂ ਪੇਪਰ ਲੈ ਕੇ ਤਦ ਤੱਕ ਲਈ ਧੰਨਵਾਦ